ਅਸਲਾਮ ਵਾਲੇਕੁਮ ਜੀ, ਵੈਲਕਮ ਬੈਕ ਜੀ ਆਰ ਟੀ ਕੋਮੀ ਦਾ ਖੇਤ ਨਾਲ ਹੋਗੇ। ਵੈਲਕਮ ਬੈਕ ਪੰਜਾਬੀ ਵਲੋਗ 358। ਅੱਜ ਦਾ ਵਲੋਗ ਸਟਾਰਟ ਕਰਦੇ ਹਾਂ ਬਿਸਮਿਲ੍ਲਾਹ ਰਹਿਮਾਨ ਰਹੀਮ ਪੜ੍ਹ ਕੇ। ਥੋੜ੍ਹਾ ਟਾਈਮ ਸਭ ਪਹਿਲੇ ਇਹਨਾਂ ਦਾ ਪਾਣੀ ਚੇਂਜ ਕਰਦੇ ਹਾਂ, ਪਰਿੰਦਿਆਂ ਦਾ ਨੀਚੇ ਖਤਮ ਹੋਇਆ ਹੋਣਾ ਪਰ ਥੋੜ੍ਹਾ ਬਹੁਤ ਪਾਣੀ ਪਿਆ ਕੇ ਦਾਣਾ ਪਾਣੀ ਇਹਦਾ ਤਾਂ ਪਾਉਂਦੇ ਹਾਂ, ਪਾਣੀ ਚੇਂਜ ਕਰਦੇ ਹਾਂ। ਅਤੇ ਗਰਮੀ ਬਹੁਤ ਜ਼ਿਆਦਾ ਵਾ ਤਾਂ ਆਪਣਾ ਜੇ ਰੋਟੀ ਨਹੀਂ ਖਾ ਰਿਹਾ, ਉਹਨੂੰ ਗਲੂਕੋਜ਼ ਦਾ ਵੱਡਾ ਪੈਕਟ ਪਾਣੀ ਛੱਡ ਕੇ ਥੋੜ੍ਹਾ ਦੁੱਧ ਪਾ ਕੇ ਲੱਸੀ 'ਚ ਭਰਾ ਕੇ ਨੂੰ ਪਾਉਂਦੇ ਹਾਂ। ਆ ਜਾਏਗਾ ਉਹ ਕਿੜੀਆਂ ਵੀ ਆ, ਕਿੜੀਆਂ ਜਾ ਨਹੀਂ ਖੜ੍ਹੇ। ਆਹ ਚੱਲਾ ਦੁੱਧ, ਇਹ ਬਣ ਗਈ ਲੱਸੀ। ਡੇਲੀ ਬਾਈ ਡੇਲੀ ਬੇਸ 'ਤੇ ਬਿਮਾਰ ਹੁੰਦਾ ਜਾ ਰਿਹਾ, ਕਮਜ਼ੋਰ ਹੁੰਦਾ ਜਾ ਰਿਹਾ। ਆਹ ਦੇਖੋ ਕਿੰਨੇ ਵਿੱਚ ਆ ਗਿਆ, ਕੋਈ ਨਹੀਂ ਆਹ ਲੱਸੀ ਜੀ ਬਣ ਗਈ ਹੈ। ਆਹ ਉਹਨੂੰ ਪਾਵਾਂਗੇ ਤਾਂ ਸ਼ਾਇਦ ਥੋੜ੍ਹਾ ਜਿਹਾ ਬਿਹਤਰ ਵਾਲੀ ਸਾਈਡ 'ਤੇ ਆਵੇ, ਬਾਕੀ ਜਾ ਕੇ ਤਾਂ ਹੁੰਦਾ। ਹੱਥ 'ਤੇ ਆ ਗਏ ਹਾਂ ਅਤੇ ਲੱਸੀ ਵੀ ਲਿਆ ਮਾਸ਼ਾਅੱਲਾ। ਬਬਲੂ ਅਤੇ ਫਿਰ ਨਹੀਂ ਇੱਥੇ ਬੈਠੇ, ਜੈਕ ਬੇਚਾਰਾ ਉਹ ਬੈਠਾ, ਕਈ ਦਿਨ ਤੋਂ ਰੋਟੀ ਨਹੀਂ ਖਾ ਰਿਹਾ, ਪਤਾ ਇਹਨਾਂ ਨੂੰ ਕੀ ਮਸਲਾ ਹੋ ਗਿਆ। ਬਾਕੀ ਹੁਣ ਤੱਕ ਬਰਤਨ ਵਗੈਰਾ ਲੱਗ ਰਹੇ ਆ, ਮੂੰਹ ਨਾ ਲਗਾ ਦੇ ਆ ਕੇ ਬਰਤਨ, ਬਰਤਨ ਚੁੱਕ ਲੈਂਦਾ ਨਾ। ਆਹ ਫੜਾਈ ਵੀ ਆਹ ਦੇਖੋ ਜੀ, ਕਈ ਦਿਨ ਤੋਂ ਕੁਛ ਵੀ ਨਹੀਂ ਖਾ ਰਿਹਾ, ਬਹੁਤ ਕਮਜ਼ੋਰ ਹੋ ਗਿਆ, ਬਹੁਤ ਜ਼ਿਆਦਾ, ਥੋੜ੍ਹਾ ਨਹੀਂ। ਆਹ ਵਿੱਚ ਫਸਿਆ ਹੋਇਆ ਗਲੂਕੋਜ਼, ਮੈਂ 2 ਦਿਨ ਵਾਸਤੇ ਡਾਲਿਆ ਸੀਗਾ ਗਲੂਕੋਜ਼, ਪਾਣੀ 'ਚ ਦੇਈਦਾ ਹੁੰਦਾ ਤਾਂ ਕਿ ਇਹ ਪੀ ਸਕੇ। ਅਤੇ ਕੋਈ ਲੱਸੀ 'ਚ ਹੋਈ ਨਾ ਮੈਂ ਕਿਤੇ ਛੋਕਣਾ ਪੈਂਦਾ, ਇਕੱਲਾ ਪਾਣੀ ਹੁੰਦਾ ਫਿਰ ਮੁਸ਼ਕਲ ਸੀ, ਫਿਰ ਇਹਨੇ ਮੁਸ਼ਕਲ ਹੀ ਪੀਣਾ ਸੀ, ਮੈਨੂੰ ਨਹੀਂ ਲੱਗਦਾ ਸੀ ਪੀਣਾ। ਬਾਕੀ ਹੁਣ ਪੀ ਰਿਹਾ ਵਾ, ਮਿਹਰਬਾਨੀ ਹੈ ਜੀ, ਬਹੁਤ ਕਮਜ਼ੋਰ ਹੋ ਗਿਆ ਦੇਖੋ, ਬੈਂਡ ਬੁੰਡ ਦਾ ਵਿਚਾਰੇ ਦਾ ਲੱਤਾਂ। ਚਲੋ ਜੀ, ਇਹਨੇ ਪੀ ਤਾਂ ਲਿਆ ਵਾ, ਬਾਕੀ ਹੁਣ ਨੂੰ ਅੱਧਾ ਘੰਟਾ ਠਹਿਰ ਕੇ ਰੋਟੀ ਵਗੈਰਾ ਡਾਲਾਂਗੇ, ਸ਼ਾਇਦ ਉਦੋਂ ਇਹਦੀ ਮਿਹਨਤ ਦੀ ਗਰਮੀ ਵਗੈਰਾ ਘੱਟ ਜਾਵੇ। ਅਸਲ ਜੀ ਤਾਂ ਦੌਰ ਗੁਜ਼ਰਿਆ ਨੇ ਗੋਸ਼ਤ ਵਗੈਰਾ ਕਾਫੀ ਖਾਧਾ, ਜਿਹਦੇ ਵਿੱਚ ਨਾ ਮਿਹਨਤ ਮੇਰਾ ਖਾਣਾ ਹੇਟ ਕਰ ਗਿਆ। ਬਬਲੂ ਤੁਸੀਂ ਉਦੋਂ ਜਾ, ਪਏਗਾ ਤੁਹਾਨੂੰ, ਪਏਗਾ ਤੁਹਾਨੂੰ, ਪਏਗਾ ਤੁਹਾਨੂੰ ਬੰਦੇ ਨਾ ਹੋਣ ਤੋਂ। ਅਤੇ ਡਿਵਾਰਮਿੰਗ ਵਗੈਰਾ ਵੀ ਕਰਦੇ ਹਾਂ, ਇਹਦੀ ਡਿਵਾਰਮਿੰਗ ਹੋ ਜਾਏਗੀ ਨਾ, ਮਿਹਦਾ ਵਾਸ਼ ਹੋ ਜਾਏਗਾ, ਬੰਦਾ ਬਣ ਬੰਦਾ ਬਣ। ਬਾਕੀ ਲੱਗੇ ਰਹੋ ਨਾਲ, ਅਗਰ ਚੈਨਲ ਤੁਹਾਡੇ ਨਵੇਂ ਹੋ ਚੈਨਲ ਨੂੰ ਮਾਰੋ ਸਬਸਕ੍ਰਾਈਬ ਅਤੇ ਲਾਈਕ, ਦੋਸਤਾਂ ਨੂੰ ਸ਼ੇਅਰ। ਉਹ ਲੱਸੀ ਸਮਝ ਕੇ ਇਹਨੇ ਪੀ ਲਈ ਸੀ ਮੇਰੇ ਖਿਆਲ ਨਾਲ, ਹੁਣ ਮੈਂ ਤਕਰੀਬਨ 1.5 ਘੰਟੇ ਬਾਅਦ ਫਿਰ ਆਇਆ ਅਤੇ ਨਹੀਂ ਵੀ ਖਾ ਰਿਹਾ ਰੋਟੀ। ਗੋਸ਼ਤ ਦਾ ਸਾਰਣ ਅੱਛਾ ਖਾਸਾ ਲੱਗਾ ਹੱਡੀਆਂ ਨਾਲ, ਹੱਡੀ ਤਾਂ ਕੁੱਤਾ ਛੱਡਦਾ ਨਹੀਂ ਹੁੰਦਾ, ਪਰ ਇਹ ਖਾ ਹੀ ਨਹੀਂ ਰਿਹਾ। ਦੇਖੋ ਹੁਣ ਡਿਪ ਵਗੈਰਾ ਲਗਾਉਂਦੇ ਹਾਂ, ਪਾਣੀ ਪੂਣੀ ਦੀ ਕਮੀ ਹੈ, ਇਹਨੂੰ ਗਰਮੀ ਹੋਈ ਹੈ, ਖਾ ਨਹੀਂ ਹੁੰਦੇ ਆ। ਬਾਕੀ ਡੇਲੀ ਰੂਟੀਨ ਦੱਸਾਂਗੇ। ਅੱਛਾ, ਗਰਮੀ ਬਹੁਤ ਜ਼ਿਆਦਾ ਸੀ ਅਤੇ ਨਹਾ ਕਰੇ ਜੈਕ ਨੂੰ ਸਾਰਾ ਕੁਛ ਕਰਵਾ ਕਰੋ ਕਿ ਉਹਦਾ ਫਲਾ ਪਲੋ ਕੇ, ਉਹਨੂੰ ਕਟਿੰਗ ਕਰਾਉਣ ਚਲ ਗਿਆ, ਕਟਿੰਗ ਕੁਟਿੰਗ ਖਾਦ ਖੁਦ ਕਰਵਾ ਕੇ ਅਤੇ ਆ ਕੇ ਸੌ ਗਿਆ। ਹੁਣ ਥੋੜ੍ਹੀ ਟੀ ਸ਼ਰਟ ਪੈਕ ਹੋਇਆ, ਹੁਣ ਕੱਪੜੇ ਚੇਂਜ ਕਰਦੇ ਹਾਂ ਨਹਾ ਕੇ, ਅਤੇ ਉਹਨੇ ਤਾਂ ਪੈਟਾਂ ਰੋਟੀ ਨਹੀਂ ਖਾਧੀ, ਹੁਣ ਉਹਦੀ ਕਰਦੇ ਡਿਵਾਰਮਿੰਗ, ਉਹਦਾ ਆਹ ਨਾ ਜੈਂਟਲ ਦਿੰਦੇ ਹਾਂ ਉਹਨੂੰ, ਮੈਨੂੰ ਲੱਗਦਾ ਉਹਨੇ ਨਾ ਉਹਨੂੰ ਠੰਡਾ, ਮੈਂ ਤਾਂ ਠੰਡਾ ਤਾਂ ਹੋਇਆ ਬਟ ਉਹਨੂੰ ਨਾ ਉਹ ਮਿਹਦੇ ਦਾ ਮਸਲਾ ਹੋਇਆ, ਮਿਹਦਾ ਰੁਕਿਆ ਉਹਦਾ, ਅਤੇ ਜੋ ਡਿਵਾਰਮਿੰਗ ਕਰਾਂਗੇ ਉਹਦੀ ਇਨਸ਼ਾਅੱਲਾ ਫਿਰ ਰੋਟੀ ਚੁੱਕ ਲਏਗਾ। ਹਾਂਜੀ, ਨਹਾ ਧੋ ਕੇ ਤਿਆਰ ਹੋ ਗਏ ਹਾਂ, ਹੁਣ ਜਾਂਦੇ ਮੈਡੀਕਲ ਸਟੋਰ 'ਤੇ ਅਤੇ ਜੈਂਟਲ ਸੀ ਸੀਰਪ ਆ ਛੋਟਾ ਜਿਹਾ ਹੁੰਦਾ, ਉਹ ਲਿਕੁਇਡ ਦੂਧ 'ਚ ਮਿਕਸ ਕਰਕੇ ਆਪਾਂ ਜੈਕ ਨੂੰ ਪਿਲਾਵਾਂਗੇ ਇਨਸ਼ਾਅੱਲਾ। ਹੁਣ ਉਹਨਾਂ ਫਰਕ ਤਾਂ ਪਏਗਾ, ਖਾਣਾ ਛਾਣਾ ਖਾਣਾ ਸਟਾਰਟ ਕਰ ਦੇਗਾ, ਉਹਨਾਂ ਦਾ ਬਹੁਤ ਕਮਜ਼ੋਰ ਹੋ ਜਾਏਗਾ, ਢਿੱਲਾ ਬਹੁਤ ਹੋ ਜਾਏਗਾ। ਹਾਂਜੀ, ਜੈਕ ਦੀ ਮੈਡੀਸਨ ਵਗੈਰਾ ਲੈ ਕੇ ਕਰਵਾ ਦਿੱਤੀ ਆ, ਲਾਈਟ ਘੱਟ ਸੀ
ਤੇ ਬਾਕੀ ਮਿਲਦੇ ਨੈਕਸਟ ਵੀਡੀਓ, ਦੋਵਾਂ ਯਾਦ ਰੱਖਿਓ, ਕੱਲ੍ਹ ਦਾ ਵੀ ਲੋਕ ਦੇਖਿਓ, ਤੁਹਾਨੂੰ ਦੱਸਾਂਗੇ ਕੀ ਰਿਜ਼ਲਟ ਆਇਆ, ਬਿਹਤਰ ਹੋਇਆ ਜਾਂ ਨਹੀਂ ਹੋਇਆ। ਓਕੇ।